ਅਧਿਆਪਕ ਬਾਜਵਾ ਜੀ ਬੇਅੰਤ ਬਾਜਵਾ ਅਤੇ ਉਹਨਾਂ ਦੀ ਟੀਮ ਲਈ ਵੀ ਆਪਾਂ ਇੱਕ ਵਾਰੀ ਤਾਲੀਆਂ ਮਾਰ ਦਿੰਦੇ ਨੌਜਵਾਨ ਮੁੰਡਿਆਂ ਦਾ ਜੋ ਜੋਸ਼ ਹੈ ਔਰ ਸਾਹਿਤ ਪ੍ਰਤੀ ਇਹਨਾਂ ਦੀ ਜੋ ਨਿਸ਼ਠਾ ਹੈ ਉਹ ਇੱਕ ਬਹੁਤ ਹੀ ਤਾਰੀਫ ਦੇ ਕਾਬਲ ਹੈ ਹੁਣ ਮੈਂ ਬੇਨਤੀ ਕਰਾਂਗਾ ਅੱਜ ਦੇ ਮੇਰੇ ਸਨਮਾਨਿਤ ਸਾਡੇ ਕਹਾਣੀਕਾਰ ਜਸਵੀਰ ਰਾਣਾ ਜੀ ਜੋ ਮੰਚ 'ਤੇ ਆ ਜਾਣ ਕ੍ਰਾਂਤੀਪਾਲ ਜੀ ਨੂੰ ਮੇਰੀ ਬੇਨਤੀ ਹੈ ਕਿ ਪਹਿਲਾਂ ਆਪਾਂ ਕਹਾਣੀ ਪੰਜਾਬ ਜਿਹੜਾ ਹੈ ਉਸ ਨੂੰ ਲੋਕ ਰੱਖਣ ਸਾਡੀ ਨਾਲ ਡਾਕਟਰ ਜਸਵਿੰਦਰ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਨਾਲ ਆ ਜਾਣ ਸੰਪਾਦਕ ਨੇ ਉਹ ਇਸ ਮੈਗਜ਼ੀਨ ਦੇ ਨਾਲ ਸਾਰਾ ਪ੍ਰਧਾਨਗੀ ਮੰਡਲ ਜਿਹੜਾ ਹੈ ਉਹ ਚੱਲ ਜਿਹੜਾ ਪਾਵਰ ਮਾਸਟਰ ਚੱਲੇ ਤਾਂ ਸਹੀ ਬਹੁਤ ਬਹੁਤ ਧੰਨਵਾਦ ਕਹਾਣੀ ਪੰਜਾਬ ਬਾਰੇ ਮੈਂ ਥੋੜ੍ਹਾ ਜਿਹਾ ਦੱਸਿਆ ਤੁਹਾਨੂੰ ਕਿ ਬਹੁਤ ਸਾਲ ਪਹਿਲਾਂ ਰਾਮ ਸਿੰਘ ਪਣਖੀ ਜੀ ਤੋਂ ਕਾਲਜ 'ਚ ਪੜ੍ਹਦੇ ਸੀ ਮੈਂ ਬਰਾਕਾਲ ਤਾਂ ਇਹਨਾਂ ਦੇ ਦੋਸਤ ਸੁਖਮਿੰਦਰ ਭੱਠਲ ਸੇਠ ਜੀ ਹੋਰ ਬਹੁਤ ਸਾਰੇ ਨੇ ਇਹ ਕਿਹਾ ਕਿ ਆਪਾਂ ਇੱਕ ਮੈਗਜ਼ੀਨ ਸ਼ੁਰੂ ਕਰੀ ਜਿਸਦਾ ਨਾਮ ਉਹਨਾਂ ਨੇ ਅਣਖੀ ਰੱਖਿਆ ਅਤੇ ਉਹਦੀ ਜ਼ਿੰਮੇਵਾਰੀ ਇਹ ਲਾਈ ਪ੍ਰਚਾਰ ਕਰਨ ਦੀ ਅਣਖੀ ਸਾਹਿਬ ਦੀ ਕਿ ਇਸਦਾ ਪ੍ਰਚਾਰ ਕਰਿਆ ਅਣਖੀ ਨੇ ਬੜੇ ਮਿਹਨਤ ਦੇ ਨਾਲ ਕੰਧਾਂ ਦੇ ਉੱਤੇ ਤੌਲਿਆਂ 'ਤੇ ਕੋਲੇ ਨਾਲ ਜਾਂ ਕਿਸੇ ਰੰਗ ਨਾਲ ਇਹ ਲਿਖਿਆ ਕਿ ਬੜੀ ਜਲਦੀ ਆ ਰਿਹਾ ਹੈ ਅਣਖੀ ਮੈਗਜ਼ੀਨ ਪਰ ਉਹ ਮੈਗਜ਼ੀਨ ਜਿਹੜਾ ਹੈ ਨਹੀਂ ਆ ਸਕਿਆ ਤਾਂ ਉਹ ਜਦੋਂ ਸਾਰੇ ਪੁੱਛਣ ਵੀ ਅਣਖੀ ਦਾ ਕੀ ਬਣਿਆ ਕੀ ਹੋਇਆ ਉਹ ਰਾਮ ਸਰੂਪ ਅਣਖੀ ਉਹਨਾਂ ਦਾ ਨਾਮ ਹੈ ਮਨਖੀ ਮੈਗਜ਼ੀਨ ਤਾਂ ਨਹੀਂ ਆਇਆ ਪਰ ਰਾਮ ਸਰੂਪ ਪਣਖੀ ਜੀ ਨਾਲ ਜੁੜ ਗਿਆ ਉਸ ਤੋਂ ਬਾਅਦ 1993 ਦੇ ਵਿੱਚ ਅਣਖੀ ਜਦੋਂ ਸਾਰੇ ਇਨਾਮਾਂ ਤੋਂ ਵਿਹਲੇ ਹੋ ਗਏ ਇਹ ਨਾਵਲ ਵੀ ਬਹੁਤ ਲਿਖ ਲਏ ਗੋਟੇ ਖੜਕ ਸਿੰਘ ਅਤੇ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ ਅਤੇ ਫਿਰ ਇਹਨਾਂ ਨੇ ਸੋਚਿਆ ਕਿ ਹੁਣ ਮੈਗਜ਼ੀਨ ਸ਼ੁਰੂ ਕੀਤਾ ਜਾਵੇ ਕਹਾਣੀ ਪੰਜਾਬ ਜਿਹੜਾ ਹੈ ਉਹ ਫਿਰ ਸ਼ੁਰੂ ਕੀਤਾ ਉਹਨਾਂ ਨੇ 1993 ਵਿੱਚ 2010 ਤੱਕ ਉਹਦੇ 67 ਅੰਕ ਆ ਚੁੱਕੇ ਸੀ ਪਰ ਉਦੋਂ ਉਹ ਸਾਡੇ ਕੋਲ ਵਿਛੜ ਗਏ ਪਰ ਕਹਾਣੀ ਪੰਜਾਬ ਨਹੀਂ ਰੁਕਿਆ ਇਹਦੀ ਜ਼ਿੰਮੇਵਾਰੀ ਕ੍ਰਾਂਤੀਪਾਲ ਜੀ ਨੇ ਜਸਵਿੰਦਰ ਜੀ ਜੀ ਨੇ ਅਮਰਦੀਪ ਗਿੱਲ ਜੀ ਨੇ ਬਾਕਾਇਦਾ ਨਿਭਾਈ ਔਰ ਇਸ 'ਤੇ 100 ਅੰਕ ਪੂਰੇ ਕਰੇ 100 ਅੰਕ ਤੋਂ ਬਾਅਦ 3 ਅੰਕ ਸ਼ਤਾਬਦੀ ਅੰਕ ਜਿਹੜੇ ਆਪਾਂ ਕਹਿ ਸਕਦੇ ਹਾਂ ਉਹ 3 ਅੰਕ ਆਏ ਜਿਹੜੇ ਇਹਨਾਂ ਵਿੱਚ 400 ਪੇਜ ਦੇ ਅੰਕ ਕੱਢੇ ਗਏ ਜਿਹਨਾਂ ਵਿੱਚ ਪਿਛਲੀਆਂ ਜਿਹੜੀਆਂ ਪ੍ਰਸਿੱਧ ਕਹਾਣੀਆਂ ਜਾਂ ਲੇਖ ਜਾਂ ਕੋਈ ਨਾਵਲ ਉਹ ਸਾਰੇ ਉਹਨਾਂ ਵਿੱਚ ਸ਼ਾਮਿਲ ਹੋਏ ਉਹ ਜਿਹੜੇ ਵਿਦਿਆਰਥੀ ਖੋਜ ਕਰਦੇ ਨੇ ਜਾਂ ਸਾਹਿਤ ਨਾਲ ਜੁੜੇ ਹੋਏ ਨੇ ਉਹਨਾਂ ਲਈ ਉਹ ਸਾਹਮਣੇ ਜੋ ਹੈਗੇ ਨੇ 3 ਅੰਕ ਬਹੁਤ ਜ਼ਰੂਰੀ ਨੇ ਹੁਣ ਚੌਥਾ ਅੰਕ ਜਿਹੜਾ ਹੈ 101ਵਾਂ ਇਹ ਹੁਣ ਇਹਦੇ ਵਿੱਚ ਨਵੀਆਂ ਕਹਾਣੀਆਂ ਅਤੇ ਉਹ ਲੇਖ ਜਿਹੜੇ ਕਿ ਬਹੁਤ ਕੀਮਤੀ ਲੇਖ ਜਿਹੜੇ ਦਿਆਲ ਸਿੰਘ ਪੰਜਾਬੀ ਨੇ ਬੜੀ ਮਿਹਨਤ ਦੇ ਨਾਲ ਉਹ ਅਨੁਵਾਦ ਕਰਕੇ ਇਹਦੇ ਵਿੱਚ ਸ਼ਾਮਿਲ ਕੀਤੇ ਨੇ ਉਹ ਬੜੀ ਮਹੱਤਵਪੂਰਨ ਜਾਣਕਾਰੀ ਹੈ ਬੜੀ ਵਧੀਆ ਉਹਦੇ ਵਿੱਚ ਉਹ ਜਿਹੜੇ ਵਧੀਆ ਵਧੀਆ ਆਰਟੀਕਲ ਨੇ ਹਿੰਦੁਸਤਾਨ ਤੋਂ ਵੀ ਬਾਹਰਲੇ ਦੇਸ਼ਾਂ ਦੇ ਵੀ ਨਾਲ ਸੰਬੰਧਿਤ ਨੇ ਕੋਈ ਭੋਪਾਲ ਨਾਲ ਸੰਬੰਧਿਤ ਹੈ ਕੋਈ ਕਿੱਥੋਂ ਨਾਲ ਹੈ ਬਹੁਤ ਕੀਮਤੀ ਜਿਹੜਾ ਹੈ ਉਹ ਸਰਮਾਇਆ ਇਸ ਪੁਸਤਕ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਅੰਕ ਦੇ ਵਿੱਚ ਜਿਹਦਾ ਹੁਣ ਲੋਕਾਰਪਣ ਹੋਇਆ ਮੈਂ ਇਸ ਮੈਗਜ਼ੀਨ ਦੇ ਸੰਪਾਦਕ ਡਾਕਟਰ ਕ੍ਰਾਂਤੀਪਾਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵੱਲੋਂ ਇਹਦੀਆਂ ਕੁਛ ਗੱਲਾਂ ਵਿਸ਼ੇਸ਼ਤਾਵਾਂ ਸਾਡੇ ਨਾਲ ਸਾਂਝੀਆਂ ਕਰਨ